ਅਫਸੋਸ ਹੁੰਦਾ ਜਦੋਂ ਸਪੋਰਟ ਨਹੀਂ ਮਿਲਦੀ ਪਰ ਪੰਜਾਬੀ ਕੱਲੇ ਹੀ ਬਹੁਤ ਆ ਹੁਣ ਤਾਂ ਹਰਿਆਣੇ ਵਾਲੇ ਵੀਰ ਨਾਲ ਨੇ ਯੂਪੀ ਵਾਲੇ ਵੀਰ ਨਾਲ ਨੇ ਰਾਜ ਹੁਣ ਕਿੱਥੇ ਦੱਬਦੇ ਆ ਇੱਕ ਵਾਰੀ ਮੇਰੇ ਮਗਰ ਜਕਾਰਾ ਬੁਲਾ ਦਿਓ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਂਡ ਨੌਜਵਾਨ ਮੇਰੇ ਵੀਰੋ ਗਲਤੀ ਨਹੀਂ ਕਰਨੀ ਐਕਸਾਈਟਮੈਂਟ ਚ ਆ ਕੇ ਜੋਸ਼ ਦੇ ਵਿੱਚ ਆ ਕੇ ਹੋਸ਼ ਨਹੀਂ ਖੋਣਾ ਅੰਦੋਲਨ ਸਿਖਰਾਂ ਤੇ ਐ ਸਾਰੀ ਦੁਨੀਆ ਦੇਖ ਰਹੀ ਐ ਕੱਲਾ ਇੰਡੀਆ ਨਹੀਂ ਦੇਖ ਰਿਆ ਭਿਉਂ ਭਿਉਂ ਕੇ ਛਿੱਤਰ ਪੈ ਰਹੇ ਐ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਜ਼ਾਕ ਬਣਾਇਆ ਹੋਇਆ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਹੁਣ ਜਾ ਕੇ ਇਹ ਨਾ ਕਹਦੇ ਉਹ ਵੀ ਰਹਿਾਨਾ ਨੂੰ ਵੀ ਕਾਨੂੰਨਾਂ ਦੀ ਸਮਝ ਨਹੀਂ ਗ੍ਰੇਟਾ ਥਨਬਰਗ ਨੂੰ ਵੀ ਸਮਝ ਨਹੀਂ ਸਾਰਿਆਂ ਨੂੰ ਸਮਝ ਐ ਕਲੀਅਰ ਹੋ ਚੁੱਕਿਆ ਆਠਾਠਾ ਮਾਰ ਦਾ ਕੱਠ ਸਾਰਾ ਕੁਝ ਦੱਸੀ ਜਾਂਦਾ ਬੋਲ ਮੇਮਾਂ ਦਾ ਯਾਤਕ ਹੈ ਜੀ ਤੁਹਾਡੇ ਤੋਂ ਵਿਦਾ ਲੈਣਾ ਐਂਡ ਅਗਲੇ ਬਲਾਇਆ ਨੂੰ ਬੈ ਕੇ ਸੁਣਦਾ ਐਂਡ ਅੱਜ ਮੈਂ ਸੁਣਨ ਆਇਆ ਸਾਰੇ ਤੁਸੀਂ ਵੱਡੇ ਹੋ ਐਂਡ ਕੋਸ਼ਿਸ਼ ਇਹੀ ਹੈ ਕਿ ਅਖੀਰਲੇ ਸਾਹ ਤੱਕ ਪੰਜਾਬ ਪੰਜਾਬੀਅਤ ਕਿਸਾਨੀ ਦੇ ਨਾਲ ਖੜੇ ਰਹੀਏ ਐਂਡ ਖੜੇ ਰਵਾਂਗੇ ਐਂਡ ਕੱਲੇ ਕੱਲੇ ਨੌਜਵਾਨ ਨੂੰ ਇਹੀ ਮੇਰੀ ਰਿਕੁਐਸਟ ਆ ਮੇਰੇ ਵੀਰੋ ਸਾਡੇ ਤੁਸੀਂ ਗਾਣੇ ਸੁਣਦੇ ਹੋ ਜੇ ਤੁਸੀਂ ਸਾਨੂੰ ਪਿਆਰ ਕਰਦੇ ਹੋ ਨਾ ਯਾਰ ਤਾਂ ਅੱਜ ਸਮਾਂ ਇਕੱਠੇ ਹੋਣ ਦਾ ਆਪਦੇ ਨਾਂ ਤੇ ਤਾੜੀਆਂ ਲਾ ਦਿਓ ਇੱਕ ਵਾਰੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬੇਨਤੀ ਆ ਬਲਦੇਵ ਸਿੰਘ ਜੀ ਸਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਉਹ ਮੰਚ ਤੇ ਆਉਣ ਤੇ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨ ਇਹਨਾਂ ਦੇ ਬਾਅਦ ਵਿੱਚ ਚਲੋ ਆ ਬਲਦੇਵ ਸਿੰਘ ਸਰਸਾ ਜੀ ਕੋਈ ਵੀ ਰਿਲੀਜੀਅਸ ਏਜੰਡਾ ਨਹੀਂ ਕੋਈ ਵੀ ਹੋਰ ਏਜੰਡਾ ਨਹੀਂ ਇਸ ਨੂੰ ਹੋਰ ਰੂਪ ਨਾ ਦਿੱਤਾ ਜਾਵੇ ਇੱਕੋ ਇੱਕ ਮੰਗ ਹੈ ਕਿ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਕਰਨਾ ਹੈ ਐਦੂ ਬਿਨਾ ਦੀਆਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਕਰਕੇ ਪੜਕਾਇਆ ਨਾ ਜਾਵੇ ਅਣ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਸਕਦਾ ਸਿਆਣੇ ਤਾਂ ਮੈਥੋਂ ਵੱਧ ਸਿਆਣੇ ਐ ਕਿ ਆਪਾਂ ਕਿਸੇ ਤਰ੍ਹਾਂ ਦੇ ਪੜਕਾਉ ਚੀਜ਼ ਦਾ ਜਿਹੜਾ ਜਵਾਬ ਹੈ ਪੜਕਾਉ ਦੇ ਰੂਪ ਵਿੱਚ ਨਾ ਦੇਈਏ ਆਪਾਂ ਆਪਦੀ ਸਿਆਣਪ ਦਾ ਜਿਹੜਾ ਆਪਣੇ ਦਿਮਾਗ ਦਾ ਜਿਹੜਾ ਪਰ ਤੱਕ ਪ੍ਰਮਾਣ ਰੱਖਣਾ ਦੁਨੀਆ ਮੂਰੇ ਕਿ ਪੰਜਾਬੀ ਬਲ ਨਾਲ ਨਹੀਂ ਦਿਮਾਗ ਨਾਲ ਵੀ ਕੰਮ ਲੈਂਦੇ ਆ ਪੜ੍ਹੇ ਲਿਖੇ ਆ ਸਾਰੇ ਆਕਸਫੋਰਡ ਤੱਕ ਹੋ ਹੋ ਕੇ ਮੁੜਿਆ ਆ ਇਹ ਸਾਰੇ ਮੇਰੇ ਵੀਰ ਭਰਾਓ ਅੱਜ ਵੇਲਾ ਆ ਅੱਜ ਸਮਾਂ ਆ ਅੱਜ ਆਪਾਂ ਸਾਰੇ ਇਕੱਠੇ ਹੋਇਆ ਇਹ ਸਮਾਂ ਵਾਰ-ਵਾਰ ਨਹੀਂ ਆਉਂਦਾ ਪੰਜਾਬੀਆਂ ਨੇ ਦਿਖਾਇਆ ਕਿ ਖੂਨ ਹਲੇ ਵੀ ਗਰਮ ਜੋਸ਼ ਹੈ ਹਲੇ ਵੀ ਹਮਾਲੇ ਮਾਰਦਾ ਹੈ ਤੇ ਸਾਰੀ ਉਮਰ ਤਾ ਉਮਰ ਤੱਕ ਵਾਲੇ ਮਾਰਦਾ ਰਹੂਗਾ ਜਦੋਂ-ਜਦੋਂ ਡੈਮੋਕ੍ਰੇਸੀ ਤੱਕਾ ਕਰੂ ਦੋ ਲਾਈਨਾਂ ਜ਼ਰੂਰ ਸੁਣਾਉਣਾ ਆਪਦੇ ਮਾਧਿਅਮ ਥਰੂ ਜਿਹੜੇ-ਜਿਹੜੇ ਵੀਰ ਭਰਾਵਾਂ ਨੇ ਪੱਗਾਂ ਬੰਨੀਆਂ ਉਹਨਾਂ ਨੂੰ ਡੈਡੀਕੇਟ ਮੇਰਾ ਗਾਣਾ ਦੋ ਲਾਈਨਾਂ ਜਿਆਦਾ ਸਮਾਂ ਨਹੀਂ ਕਿ ਉਸ ਵਿੱਚੋਂ ਸਿਰਸਾ ਸਾਹਿਬ ਸਾਡੇ ਵੱਡੇ ਸਾਡੀ ਉਮਰ ਹੈ ਜਿੰਨੇ ਅਸੀਂ ਦਿਨ ਦੇਖੇ ਉਹਨੇ ਇਹਨਾਂ ਨੇ ਇਕੱਲੇ ਐਂਤਵਾਰ ਵੇਖਿਆ ਇਹਨਾਂ ਨੂੰ ਸੰਘਰਸ਼ ਦੀ ਸਮਝ ਹੈ ਕਿਵੇਂ ਉਲੀਕਣਾ ਕਿਵੇਂ ਲੜਨਾ ਸੋ ਦੋ ਲਾਈਨਾਂ ਜ਼ਰੂਰ ਹੋਇਆ ਨਹੀਂ ਅਜੇ ਕਵੇਲਾ ਚੱਲਦਾ ਮੜਾ ਹੋਇਆ ਨਹੀਂ ਅਜੇ ਕਵੇਲਾ ਚੱਲਦਾ ਮੜਾ ਵੇਲਾ ਦੇਖ ਲਈ ਟੈਸਟ ਕਰਾ ਕੇ ਗਰਤ ਨਹੀਂ ਹੋਈ ਊਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਤੇ ਖੌਫ ਵੈਰੀਆ ਖੂਨ ਦਾ ਛਿਟਾ ਦੇ ਕੇ ਆ ਪੱਗ ਦੀ ਪੂਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਤੇ ਖੌਫ ਵੈਰੀਆ ਖੂਨ ਦਾ ਛਿਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਸਾ ਸ੍ਰੀਆ ਕਾਲ ਰਿਹਾਨਾ ਨੇ ਟਵੀਟ ਕੀਤਾ ਰਿਹਾਨਾ ਵਰਲਡ ਫੇਮਸ ਹਾਲੀਵੁੱਡ ਸਿੰਗਰ ਹੈ ਉਹਨੇ ਇੱਕ ਟਵੀਟ ਕੀਤਾ ਗ੍ਰੈਟਾ ਥਨਬਰਗ ਇੱਕ 15 16 ਸਾਲ ਦੀ ਸੋਸ਼ਲ ਐਕਟਿਵਿਸਟ ਹੈ ਉਹਨੇ ਟਵੀਟ ਕੀਤਾ ਭਾਜੜਾਂ ਪਈਆਂ ਪਈਆਂ ਇਹ ਵੀ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਰਬੜ ਦੀਆਂ ਮੋਹਰਾਂ ਕੌਣ-ਕੌਣ ਹੈ ਸਿਆਣੇ ਕਹਿੰਦੇ ਹੁੰਦੇ ਆਪਣੇ ਸਿਆਣਿਆਂ ਦੇ ਵਿੱਚ ਫਲਾਨਾ ਤਾਂ ਰਬੜ ਦੀ ਮੋਹਰ ਹੈ ਰਬੜ ਦੀ ਮੋਹਰ ਉਹਨੂੰ ਕਿਹਾ ਜਾਂਦਾ ਜਿਹਨੂੰ ਚੱਕ ਕੇ ਬਸ ਲਾ ਦਿੱਤਾ ਜਾਂਦਾ ਸਾਰੇ ਟਵੀਟ ਸੈਲੀਬ੍ਰਿਟੀਆਂ ਨੇ ਜੋ ਕੀਤੇ ਮੈਂ ਉਹਦੀ ਨਿੰਦਿਆ ਕਰਦਾ ਹਾਂ ਵਿਰੋਧ ਕਰਦਾ ਹਾਂ ਪੰਜਾਬ ਨੂੰ ਅੱਜ ਉਹਨਾਂ ਦੀ ਲੋ ਇੱਥੇ ਸ਼ੂਟਿੰਗਾਂ ਹੁੰਦੀਆਂ ਸੀ ਸਾਰਾ ਕੁਝ ਹੁੰਦਾ ਸੀ ਪੰਜਾਬ ਪਰਿਵਾਰ ਸੀ ਪੰਜਾਬ ਦੋਨੇ ਹੱਥਾਂ ਨਾਲ ਜੀਆਂ ਆ ਕਹਿੰਦਾ ਸੀ ਉਹ ਅਫਸੋਸ ਹੁੰਦਾ ਜਦੋਂ ਸਪੋਰਟ ਨਹੀਂ ਮਿਲਦੀ ਪਰ ਪੰਜਾਬੀ ਇਕੱਲੇ ਹੀ ਬਹੁਤ ਹੁਣ ਤਾਂ ਹਰਿਆਣੇ ਵਾਲੇ ਵੀਰ ਨਾਲ ਨੇ ਯੂਪੀ ਵਾਲੇ ਵੀਰ ਨਾਲ ਨੇ ਰਾਜ ਹੁਣ ਕਿੱਥੇ ਦੱਬਦੇ ਆ ਇੱਕ ਵਾਰੀ ਮੇਰੇ ਮਗਰ ਜਕਾਰਾ ਬੁਲਾ ਦਿਓ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਐਂਡ ਨੌਜਵਾਨ ਮੇਰੇ ਵੀਰੋ ਗਲਤੀ ਨਹੀਂ ਕਰਨੀ ਐਕਸਾਈਟਮੈਂਟ ਚ ਆ ਕੇ ਜੋਸ਼ ਦੇ ਵਿੱਚ ਆ ਕੇ ਹੋਸ਼ ਨਹੀਂ ਖੋਣਾ ਅੰਦੋਲਨ ਸਿਖਰਾਂ ਤੇ ਐ ਸਾਰੀ ਦੁਨੀਆ ਦੇਖ ਰਹੀ ਐ ਕੱਲਾ ਇੰਡੀਆ ਨਹੀਂ ਦਿਖ ਰਿਹਾ ਭਿਉਂ ਭਿਉਂ ਕੇ ਛਿੱਤਰ ਪੈ ਰਹੇ ਐ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਜ਼ਾਕ ਬਣਾਇਆ ਹੋਇਆ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਹੁਣ ਜਾ ਕੇ ਇਹ ਨਾ ਕਹਦੇ ਹੋ ਵੀ ਰਹਿਾਨਾ ਨੂੰ ਵੀ ਕਾਨੂੰਨਾਂ ਦੀ ਸਮਝ ਨਹੀਂ ਗ੍ਰੇਟਾ ਥਨਬਰਗ ਨੂੰ ਵੀ ਸਮਝ ਨਹੀਂ ਸਾਰਿਆਂ ਨੂੰ ਸਮਝ ਆਇਆ ਕਲੀਅਰ ਹੋ ਚੁੱਕਿਆ ਆਠਾਠਾ ਮਾਰਦਾ ਕੱਠ ਸਾਰਾ ਕੁਝ ਦੱਸੀ ਜਾਂਦਾ ਬੋਲ ਸੋਨ ਹਾ ਇੰਨਾ ਕਹਿੰਦਾ ਹਿਮਾਂ ਦਾ ਯਾਤਕ ਹੈ ਜੀ ਤੁਹਾਡੇ ਤੋਂ ਵਿਦਾ ਲੈਣਾ ਆਇਆ ਸਾਰੇ ਤੁਸੀਂ ਵੱਡੇ ਹੋ ਐਂਡ ਕੋਸ਼ਿਸ਼ ਇਹੀ ਹੈ ਕਿ ਅਖੀਰਲੇ ਸਾਹ ਤੱਕ ਪੰਜਾਬ ਪੰਜਾਬੀਅਤ ਕਿਸਾਨੀ ਦੇ ਨਾਲ ਖੜੇ ਰਹੀਏ ਐਂਡ ਖੜੇ ਰਵਾਂਗੇ ਐਂਡ ਕੱਲੇ ਕੱਲੇ ਨੌਜਵਾਨ ਨੂੰ ਇਹੀ ਮੇਰੀ ਰਿਕਵੈਸਟ ਆ ਮੇਰੇ ਵੀਰੋ ਸਾਡੇ ਤੁਸੀਂ ਗਾਣੇ ਸੁਣਦੇ ਹੋ ਜੇ ਤੁਸੀਂ ਸਾਨੂੰ ਪਿਆਰ ਕਰਦੇ ਹੋ ਨਾ ਯਾਰ ਤਾਂ ਅੱਜ ਸਮਾਂ ਇਕੱਠੇ ਹੋਣ ਦਾ ਆਪਦੇ ਨਾਂ ਤੇ ਤਾੜੀਆਂ ਲਾ ਦਿਓ ਇੱਕ ਵਾਰੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ